ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰਿਆਂ ਦੀ ਰਾਜੀ ਖੁਸ਼ੀ ਦੀ ਅਰਦਾਸ ਕਰਦੇ ਹੋਏ ਆਪਣੀ ਗੱਲ ਸ਼ੁਰੂ ਕਰਦਾ। ਵੈਸੇ ਮੈਨੂੰ ਲਾਈਵ ਲੂਵ ਤੋਂ ਮੈਨੂੰ ਬਹੁਤ ਜ਼ਿਆਦਾ ਕੰਫਰਟੇਬਲ ਜਾ ਨਹੀਂ ਹੁੰਦਾ, ਬਟ ਜਿੱਦਾਂ ਮੇਰੀ ਫਿਲਮਾਂ ਵੀ ਹੁੰਦੀਆਂ, ਮੈਂ ਤਾਂ ਵੀ ਇੱਕ ਦੋ ਵਾਰ ਸ਼ਾਇਦ ਲਾਈਵ ਗਿਆ ਹੋਵਾਂਗਾ। ਅਤੇ ਇਸ ਕਿਸਾਨ ਮੋਰਚੇ ਦੇ ਵਿੱਚ ਕਾਫੀ ਵਾਰੀ ਲਾਈਵ ਹੋਣਾ ਪਿਆ ਕਿਉਂਕਿ ਗੱਲਾਂ ਜ਼ਰੂਰੀ ਹੋ ਜਾਂਦੀਆਂ, ਫਿਰ ਲਾਈਵ ਆਉਣਾ ਪੈਂਦਾ। ਦੋ ਦਿਨ ਪਹਿਲਾਂ, ਤਿੰਨ ਦਿਨ ਪਹਿਲਾਂ ਮੈਂ ਦੀਪ ਸਿੱਧੂ ਬਾਈ ਨੂੰ ਮਿਲ ਕੇ ਆਇਆ ਸੀਗਾ ਤਿਹਾੜ ਜੇਲ੍ਹ ਵਿੱਚ, ਅਤੇ ਕੱਲ੍ਹ ਪਰਸੋਂ ਮੈਂ ਕੁਛ ਪੋਸਟਾਂ ਦੇਖਦਾ ਪਿਆ ਸੀ ਜਿੱਥੇ ਕੋਈ ਦੀਪ ਬਾਈ ਨਾਲ ਕੁੱਟਮਾਰ ਦੀ ਗੱਲ ਹੋ ਰਹੀ ਸੀ ਕਿ ਉੱਥੇ ਕੁੱਟਮਾਰ ਹੋਈ ਹੈ ਏਜੰਸੀਆਂ ਵੱਲੋਂ, ਜਾਂ ਉਹਨੂੰ 7 ਸਾਲ ਦੀ ਕੈਦ ਹੋ ਗਈ ਹੈ, ਜਾਂ ਕੋਈ ਕੁਛ ਬੋਲਦਾ ਸੀ। ਅਤੇ ਫਿਰ ਮੈਨੂੰ ਲੱਗਿਆ ਕਿ ਲਾਈਵ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਸ ਦੀਪ ਬਾਈ ਦੇ ਕੇਸ ਦੀ ਜਿਹੜੀ ਸਾਰੀ ਦੇਖ ਰੇਖ ਹੈਗੀ ਹੈ ਉਹ ਮਨਦੀਪ ਸਿੰਘ ਸਿੱਧੂ ਭਾਅ ਜੀ ਕਰ ਰਹੇ ਹੈ, ਜੋ ਦੀਪ ਬਾਈ ਦੇ ਛੋਟੇ ਭਰਾ ਨੇ, ਖੁਦ ਉਹ ਐਡਵੋਕੇਟ ਵੀ ਨੇ, ਪ੍ਰੈਕਟਿਸ ਕਰਦੇ ਨੇ, ਅਤੇ ਉਹ ਸਾਰਾ ਫਸਟ ਹੈਂਡ ਉਹ ਦੇਖਦੇ ਪਏ ਨੇ। ਅਤੇ ਕੁਛ ਵੀ ਤੁਹਾਨੂੰ ਜਿਹੜੀ ਗੱਲ ਹੋਵੇ ਦੀਪ ਬਾਈ ਦੇ ਬਾਰੇ 'ਚ ਜਾਂ ਕੇਸ ਦੇ ਬਾਰੇ 'ਚ, ਮੇਰੇ ਖਿਆਲ ਨਾਲ ਮਨਦੀਪ ਭਾਅ ਜੀ ਖੁਦ ਬਹੁਤ ਸੋਸ਼ਲ ਮੀਡੀਆ ਉੱਤੇ ਐਕਟਿਵ ਨਹੀਂ ਹੈਗੇ, ਉਹ ਬਹੁਤ ਥੋੜ੍ਹੇ ਸ਼ਾਈ ਕਿਸਮ ਇੰਟਰੋਵਰਟ ਟਾਈਪ ਦੇ ਹੈਗੇ, ਚਿਣਕ ਉੱਦਾਂ ਹੀ ਹੈ, ਗੁੱਸਾ ਉੱਦਾਂ ਹੀ ਹੈ ਦੀਪ ਬਾਈ ਵਰਗਾ ਮਨਦੀਪ ਭਾਈ ਦਾ ਵੀ, ਲੇਕਿਨ ਸੋਸ਼ਲ ਮੀਡੀਆ 'ਤੇ ਥੋੜ੍ਹਾ ਘੱਟ ਐਕਟਿਵ ਹੁੰਦੇ ਆ। ਹਰਪ੍ਰੀਤ ਸਿੰਘ ਦੇਵਗਨ ਭਾਅ ਜੀ ਸ਼ੰਭੂ ਮੋਰਚਾ ਪੇਜ, ਇੱਥੋਂ ਤੁਸੀਂ ਸਹੀ ਜਿਹੜੀ ਜਾਣਕਾਰੀ ਹੈਗੀ ਹੈ ਦੀਪ ਭਾਈ ਦੇ ਕੇਸ ਦੀ ਉਹ ਤੁਹਾਨੂੰ ਮਿਲ ਸਕਦੀ ਹੈ। ਉਦੋਖੇ ਭਾਅ ਜੀ ਵੀ ਜੋ ਮਨਦੀਪ ਭਾਈ ਦੇ ਨਾਲ ਟੱਚ ਵਿੱਚ ਰਹਿੰਦੇ ਆ, ਅਤੇ ਉਹ ਵੀ ਜਿਹੜਾ ਲਿਖਦੇ ਆ ਉਹ ਗੱਲ ਕਰਨ ਤੋਂ ਬਾਅਦ ਲਿਖਦੇ ਆ, ਮਤਲਬ ਹਵਾ 'ਚ ਨਹੀਂ ਲਿਖਦੇ, ਅਤੇ ਕੋਈ ਵੀ ਗੱਲ ਹੈ ਉਹ ਤੁਹਾਨੂੰ ਹਰਪ੍ਰੀਤ ਸਿੰਘ ਦੇਵਗਨ ਭਾਅ ਜੀ, ਉਦੋਖੇ ਸਾਹਿਬ ਜਾਂ ਮਨਦੀਪ ਭਾਅ ਜੀ ਤੋਂ ਤੁਹਾਨੂੰ ਪਤਾ ਲੱਗੇ ਅਤੇ ਉਹੀ ਗੱਲ ਐਕਚੁਅਲ 'ਚ ਹੈਗੀ ਹੈ। ਅਤੇ ਮੇਰੀ ਜਦੋਂ ਗੱਲ ਹੋਈ, ਮੈਂ ਉਸ ਗੱਲ 'ਤੇ ਆਉਂਦਾ, ਸਾਡਾ ਜਦੋਂ ਸ਼ੰਭੂ ਮੋਰਚਾ, ਜਦੋਂ ਵੀ ਆਪਾਂ ਪਹਿਲੇ ਦਿਨ ਤੋਂ ਹੀ ਕਿਸੇ ਨੇ ਵੀ ਨੈਗੇਟਿਵ ਗੱਲ ਨਹੀਂ ਕੀਤੀ, ਖਾਸ ਕਰ ਦੀਪ ਬਾਈ ਦੇ ਉੱਤੇ ਇੰਨੇ ਜ਼ਿਆਦਾ ਲੋਕਾਂ ਨੇ ਨੈਗੇਟਿਵ ਬੋਲਿਆ ਵੀ, ਬਕਵਾਸ ਕੀਤੀ, ਤਾਂ ਵੀ ਉਹਨੇ ਮਤਲਬ ਉਹਦੀ ਆਦਤ ਸੀਗੀ, ਉਹਨੇ ਹੱਸ ਕੇ ਟਾਲ ਦੇਣਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਬੋਲਣ ਦਿਓ ਯਾਰ। ਕਿਸਾਨ ਆਗੂਆਂ ਬਾਰੇ ਵੀ ਉਹਨੇ ਕਦੀ ਨੈਗੇਟਿਵ ਨਹੀਂ ਬੋਲਿਆ, ਉਹਨੇ ਹਮੇਸ਼ਾ ਇਹੀ ਬੋਲਦਾ ਸੀ ਕਿ ਮੈਂ ਸਿਰਫ ਇਸ ਕਰਕੇ ਹਾਂ ਕਿ ਮੈਂ ਕੋਈ ਇਸ ਅੰਦੋਲਨ ਨੂੰ ਵੇਚ ਨਾ ਦੇਵੇ, ਨਕੇਲ ਪਾਉਣ ਨੂੰ ਆਏ ਕਿਸਮ ਦਾ, ਅਤੇ ਉਹੀ ਉਸਦਾ ਕੰਮ ਸੀਗਾ, ਉਹੀ ਉਹ ਕਰਦਾ ਰਿਹਾ, ਉਹੀ ਉਹ ਅੱਜ ਵੀ ਕਰ ਰਿਹਾ। ਅਤੇ ਨੈਗੇਟਿਵ ਅੱਜ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਨੈਗੇਟਿਵ ਨਾ ਕੁਛ ਮੇਰੇ ਮੂੰਹੋਂ ਨਿਕਲੇ, ਬਟ ਕਈ ਵਾਰੀ ਸੱਚ ਦੱਸਣਾ ਵੀ ਜ਼ਰੂਰੀ ਹੋ ਜਾਂਦਾ, ਅਤੇ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੇਰੇ ਮੂੰਹੋਂ ਇਹੋ ਜਿਹੀ ਕੋਈ ਗੱਲ ਨਾ ਨਿਕਲੇ ਜਿਹੜੀ ਕਿਸੇ ਨੂੰ ਨਾ ਚੰਗੀ ਲੱਗੇ। ਜਦੋਂ ਅਸੀਂ ਕਿਸੇ ਦੇ ਨੈਗੇਟਿਵ ਬੋਲਦੇ ਹਾਂ ਜਾਂ ਕਿਸੇ ਦੇ ਵੀ ਬਾਰੇ, ਤਾਂ ਅਸੀਂ ਮੁੱਦੇ ਤੋਂ ਹਟ ਜਾਂਦੇ ਹਾਂ। ਸਰਕਾਰ ਨੇ ਆਹੀ ਕੀਤਾ, ਹੁਣੇ ਵੀ ਜਿਹੜਾ 26 ਜਨਵਰੀ ਨੂੰ ਹੋਇਆ, ਉਹਨਾਂ ਨੇ ਮੁੱਦੇ ਤੋਂ ਭਟਕਾ ਦਿੱਤਾ, ਯੂਥ ਨੂੰ ਉੱਥੋਂ ਹਟਾਉਣਾ ਸੀਗਾ। ਦੀਪ ਬਾਈ ਹਟੇ, ਵਜ੍ਹਾ ਜਿੱਦਾਂ ਵੀ ਜੋ ਵੀ ਪ੍ਰੋਸੈਸ ਹੋਇਆ, ਲੱਖਾ ਬਾਈ ਉੱਥੋਂ ਹਟੇ, ਇਹਨਾਂ ਦੀ ਵਜ੍ਹਾ ਨਾਲ ਪੂਰਾ ਯੂਥ ਜਿਹੜਾ ਆ ਉੱਥੋਂ ਦੀ ਕਿਸਾਨ ਮੋਰਚੇ ਤੋਂ ਹਟ ਗਿਆ, ਸੋਸ਼ਲ ਮੀਡੀਆ ਤੋਂ ਬਹੁਤ ਫਰਕ ਪੈ ਗਿਆ। ਬਟ ਕੋਈ ਫਰਕ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਦੋਨੋਂ ਸ਼ੇਰ ਜਿਹੜੇ ਹੈਗੇ ਆ ਇਹ ਵਾਪਸ ਹੋਣਗੇ, ਜਲਦੀ ਵਾਪਸ ਉਸ 'ਤੇ। ਇਹ ਦੋਨਾਂ ਦਾ ਕੰਮ ਜਿਹੜਾ ਕੋਈ ਕਿਸਾਨ ਅੰਦੋਲਨ ਨੂੰ ਵੇਚੇ ਨਾ, ਇਹ ਅਜੇ ਵੀ ਪੂਰੀ ਡਟ ਕੇ ਆਪਣਾ ਪਹਿਰਾ ਦੇ ਰਹੇ ਨੇ। ਅਤੇ ਮੇਰੀ ਜਦੋਂ ਮੁਲਾਕਾਤ ਹੋਈ ਤਾਂ ਕਾਫੀ ਦੇਰ, ਕਰੀਬ 45 ਮਿੰਟ ਅਸੀਂ ਗੱਲਬਾਤ ਕਰਦੇ ਰਹੇ, ਅਤੇ ਮੈਂ ਜਿੱਦਾਂ ਜਾਂਦੇ ਹੀ ਮਜ਼ਾਕ 'ਚ ਭਾਅ ਜੀ ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਦਿਲ ਲੱਗ ਗਿਆ, ਤਾਂ ਹੱਸਣ ਲੱਗ ਗਏ ਜ਼ੋਰ ਜ਼ੋਰ ਦੀ, ਕਹਿੰਦੇ ਯਾਰ ਮੈਂ ਜੇਲ੍ਹ 'ਚ ਹੈਗਾ। ਅਤੇ ਮੈਂ ਕਿਹਾ ਉਹ ਤਾਂ ਵੀ ਦਿਲ ਲੱਗ ਗਿਆ, ਨਹੀਂ ਲੱਗਿਆ? ਕਹਿੰਦੇ ਦਿਲ ਲੱਗ ਗਿਆ, ਵਧੀਆ ਲੋਕ ਨੇ, ਕੋਈ ਇਹਨਾਂ ਦੇ ਜਿਹੜਾ ਇਹਨਾਂ ਦੇ 7 ਨੰਬਰ 'ਚ ਨੇ, ਅਤੇ 7 ਨੰਬਰ ਵਿੱਚ ਸਾਫ਼ ਸੁਥਰੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਰੱਖਿਆ ਜਾਂਦਾ, ਕੋਈ ਮਿਨਿਸਟਰ ਹੈ ਆਸਾਮ ਦਾ, ਸ਼ਾਇਦ ਬੰਗਾਲ ਦਾ, ਕਹਿੰਦੇ ਕੋਈ ਮਿਨਿਸਟਰ ਹੈ ਉਹ ਪੰਜਾਬੀ ਹੈ, ਹੈਗਾ ਭਾਵੇਂ ਬੰਗਾਲ ਦਾ, ਬਟ ਉਹਦੇ ਨਾਲ ਦਿਲ ਲੱਗਿਆ ਰਹਿੰਦਾ। ਕੁਛ IPS ਆਫਿਸਰ ਨੇ, ਕੋਈ IAS ਆਫਿਸਰਸ ਨੇ, ਔਰ
ਚੰਡੀਗੜ੍ਹ ਇੱਕ ਕੰਪਨੀ ਹੁੰਦੀ ਸੀਗੀ ਪਰਲ, ਉਹਨਾਂ ਦੇ ਮੇਨ ਜਿਹੜੇ ਨੇ ਉਹ ਵੀ ਉੱਥੇ ਹੀ ਨੇ, ਉਹਨਾਂ ਦੇ ਨਾਲ ਹੀ ਹੁੰਦੇ। ਕਹਿੰਦੇ ਫਿਰ ਮੈਂ ਕਾਫੀ ਪੜ੍ਹਦਾ ਰਹਿੰਦਾ, ਲਿਖਦਾ ਰਹਿੰਦਾ, ਕਾਫੀ ਮਜ਼ਾਕ 'ਚ ਵੀ ਗੱਲਾਂ ਹੁੰਦੀਆਂ ਰਹੀਆਂ। ਔਰ ਇੱਕ ਚੀਜ਼ ਮੈਂ ਸ਼ਾਰਟ ਵਿੱਚ ਇਹ ਦੱਸ ਦੇਵਾਂ ਕਿ ਬਾਈ ਦਾ ਦਬਕਾ ਜਿਹੜਾ ਉਹ ਵੀ ਉੱਥੇ ਹੀ ਓਨਾ ਹੀ ਆ ਬਾਈ, ਪੂਰੇ ਚੜ੍ਹਦੀ ਕਲਾ 'ਚ ਹੈ, ਕਿਸੇ ਵੀ ਤਰ੍ਹਾਂ ਦਾ ਢਹਿੰਦੀ ਕਲਾ ਨਹੀਂ ਹੈਗੀ, ਉਦਾਸੀ ਨਹੀਂ ਹੈਗੀ। ਉਦਾਸੀ ਕਿਸੇ ਹੋਰ ਗੱਲ 'ਤੇ ਹੈ, ਅਦਰਵਾਈਜ਼ ਉਹਨੂੰ ਕੋਈ ਬੱਬਰ ਸ਼ੇਰ ਦੀ ਤਰ੍ਹਾਂ ਹੀ ਆ, ਉਹ ਚੜ੍ਹਦੀ ਕਲਾ 'ਚ ਹੈ ਔਰ ਦਬਕਾ ਵੀ ਪੂਰਾ ਹੀ ਹੈ। ਇਸ ਗੱਲ ਨੂੰ ਮੈਂ ਇਹ ਬੋਲਿਆ ਕਿ ਸ਼ਾਰਟ ਵਿੱਚ ਮੈਂ ਬੋਲਾਂਗਾ, ਇੱਕ ਹੀ ਲਾਈਨ ਦੇ ਵਿੱਚ ਬੋਲਾਂਗਾ ਕਿ ਦਬਕਾ ਪੂਰਾ ਹੈ। ਹੁਣ ਇਹ ਕਿੱਦਾਂ ਹੈ ਮੈਂ ਨਹੀਂ ਬੋਲ ਸਕਦਾ, ਮੇਰੇ ਲਈ ਪ੍ਰੋਬਲਮ ਖੜੀ ਹੋ ਜਾਣੀ ਕੈਮਰੇ 'ਤੇ ਅਗਰ ਮੈਂ ਬੋਲਿਆ ਕਿ ਮੈਂ ਕੀ ਉੱਥੇ ਕਿੱਦਾਂ ਕਿੱਦਾਂ ਦਬਕੇ ਵਾਲੀ ਗੱਲ। ਮੈਂ ਤੁਸੀਂ ਸਮਝ ਜਾਓ, ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਫਿਰ ਸੀਰੀਅਸ ਗੱਲਾਂ ਵੀ ਹੋਈਆਂ ਤਾਂ ਕਹਿੰਦੇ ਭਾਅ ਜੀ ਮਜ਼ਾ ਨਹੀਂ ਆਇਆ। ਜਿੱਦਾਂ ਪੰਜਾਬੀਆਂ ਨੇ ਜਿੰਨਾ ਕੁਛ 26, 27, 28, 29, 30, 31 ਜੋ ਵੀ ਸੀਗਾ ਸਟੇਜਾਂ ਤੋਂ ਬੋਲ ਦਿੱਤਾ, ਉੱਥੇ ਉਦਾਸ ਹੋ ਗਏ। ਆ ਮੈਂ ਸਟੇਟਸ ਪਾਇਆ ਕਿ ਯਾਰ ਉਹ ਬੰਦਾ ਕਿਉਂ ਹੈ, ਦੀਪ ਸਿੱਧੂ ਬਾਈ ਜੇਲ੍ਹ 'ਚ ਕਿਉਂ ਹੈ, ਉਹਨੇ ਕੁੱਟਮਾਰ ਕੀਤੀ ਹੈ, ਉਹਨੇ ਮਰਡਰ ਕੀਤਾ, ਉਹਨੇ ਰੇਪ ਕੀਤਾ, ਉਹਨੇ 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 ਡਕੈਤੀ ਮਾਰੀ ਹੈ, ਇਹ ਉਹਨੇ ਪੁੱਛਿਆ ਸੀ ਮੈਨੂੰ। ਕਹਿੰਦਾ ਭਾਅ ਜੀ ਮੈਂ ਕਿਉਂ ਹੈ ਯਾਰ ਜੇਲ੍ਹ ਵਿੱਚ, ਕੀ ਮੇਰਾ ਇਹ ਲੈਵਲ ਹੈ, ਕੀ ਇਹ ਮੇਰਾ ਸਟੈਂਡਰਡ ਹੈ? ਹਿੰਦੁਸਤਾਨ ਦੀਆਂ ਟੌਪ ਦੀਆਂ ਏਜੰਸੀਆਂ, ਕ੍ਰਾਈਮ ਬ੍ਰਾਂਚ, ਰੋ, ਇਹੋ ਜਿਹੀ ਏਜੰਸੀਆਂ ਨੂੰ ਮੈਂ ਝੇਲ ਰਿਹਾ, ਜੇਲ੍ਹ 'ਚ ਬੈਠਾ ਹੋਇਆ, ਦੇਸ਼ ਦਾ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਉਸ ਨੂੰ ਡਾਇਰੈਕਟ ਰਿਪੋਰਟਿੰਗ ਹੁੰਦੀ ਹੈ ਇਸ ਕੇਸ ਦੀ, ਅਤੇ ਪੰਜਾਬ ਕਹਿੰਦੇ ਯਾਰ ਮੈਂ ਜੇਲ੍ਹ 'ਚ ਕਿਉਂ ਆ, ਮੈਂ ਡਾਕਾ ਮਾਰਿਆ, ਮੈਂ ਕਿਸੇ ਕੁੜੀ ਨੂੰ ਛੇੜਿਆ, ਮੈਂ ਮਰਡਰ ਕੀਤਾ, ਮੈਂ ਕੀ ਕੀਤਾ, ਮੈਂ ਕਿਉਂ ਆ? ਇਸ ਦਾ ਜਵਾਬ ਜਿਹੜਾ ਸੀ ਮੇਰੇ ਕੋਲ ਨਹੀਂ ਸੀਗਾ। ਤੁਸੀਂ ਸੋਚੋ ਯਾਰ, ਪਰਚੇ ਤਾਂ ਹੋਰਾਂ ਕਈਆਂ 'ਤੇ ਵੀ ਹੋਏ ਹੋਏ, ਪਰ ਲੱਭ ਪੁਲਿਸ ਸਿਰਫ ਲੱਖੇਬਾਈ ਨੂੰ ਰਹੀ ਹੈ, ਬਾਕੀ ਤਾਂ ਹਵਾਈ ਜਹਾਜ਼ਾਂ 'ਚ ਵੀ ਘੁੰਮ ਰਹੇ ਨੇ, ਉਹਨਾਂ ਦੇ ਵੀ ਪਰਚੇ ਆ, ਉਹਨਾਂ ਨੂੰ ਕੋਈ ਫੜਦਾ ਨਹੀਂ। ਕਿਉਂ ਨਹੀਂ ਫੜਦਾ ਬਈ? ਜਿਹਨੂੰ ਉਹ ਸਰਕਾਰ ਦਾ ਬੀਜੇਪੀ ਦਾ ਬੰਦਾ ਦੱਸਦੇ ਸੀਗੇ ਉਹ ਜੇਲ੍ਹ 'ਚ ਹੈ, ਦੀਪ ਬਾਈ ਨੇ ਕਿਸਾਨ ਆਗੂਆਂ ਨੂੰ ਪਹਿਲਾਂ ਵੀ ਕਦੀ ਗਲਤ ਨਹੀਂ ਬੋਲਿਆ, ਪਰ ਕਿਸਾਨ ਆਗੂ ਹਮੇਸ਼ਾ ਇਹ ਕਹਿੰਦੇ ਰਹੇ ਕਿ ਬਈ ਸਾਨੂੰ 40 ਸਾਲ ਦਾ ਐਕਸਪੀਰੀਅੰਸ ਹੈ। ਜਦ ਮੁੰਡੇ ਫੜੇ ਗਏ ਤਾਂ ਉਹਨਾਂ ਦਾ ਇਹ ਜਵਾਬ ਸੀਗਾ ਕਿ ਸਰਕਾਰ ਜਾਣੇ ਅਤੇ ਉਹ ਜਾਣਨ, ਕੋਈ ਨਾ। ਤੁਸੀਂ ਸੋਚਿਓ ਕੱਲ੍ਹ ਨੂੰ ਦੇਸ਼ ਨੂੰ, ਕੌਮ ਨੂੰ ਜੇ ਲੋੜ ਪਈ ਤਾਂ ਕੀ ਪਹਿਲਾਂ ਲੋਕ ਹਿਸਾਬ ਲਾ ਲੈਣ? ਪੰਜਾਬ ਦੇ ਬਹੁਤ ਵੱਡੇ ਪੱਤਰਕਾਰ ਨੇ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਕ੍ਰਾਈਮ ਬ੍ਰਾਂਚ ਕਈ ਕਈ ਦਿਨ, ਕਈ ਕਈ ਘੰਟੇ ਬੈਠੇ ਰਹੇ, ਔਰ ਇੱਕ ਦਿਨ ਮੈਨੂੰ ਕਹਿੰਦੇ ਕਹਿੰਦੇ ਭਾਅ ਜੀ ਮੈਂ ਨਾ ਡਰਦਾ ਹੀ ਨਹੀਂ ਸੀ ਸਵਾਲ ਕਰਨ ਲੱਗੇ। ਆ ਪੂਰੇ ਕਿਸਾਨੀ ਸੰਘਰਸ਼ ਵਿੱਚ ਉਸ ਬੰਦੇ ਦਾ ਬਹੁਤ ਵੱਡਾ ਯੋਗਦਾਨ ਹੈ। ਕਹਿੰਦਾ ਡਰਦਾ ਹੀ ਨਹੀਂ ਸੀ, ਲੇਕਿਨ ਕਹਿੰਦਾ ਜਦ ਇੱਥੇ ਮੈਨੂੰ ਆਉਣਾ ਪਿਆ ਤਾਂ ਮੇਰੇ ਪਿੱਛੇ ਕੌਣ ਹੈ? ਇੱਕ ਬੰਦਾ ਵੀ ਨਹੀਂ। ਇੱਕ ਬੰਦਾ ਵੀ ਨਹੀਂ, ਔਰ ਕਿਸਾਨ ਆਗੂ ਕਹਿੰਦੇ ਨੇ ਕਿ ਸਰਕਾਰ ਜਾਣੇ ਅਤੇ ਉਹ ਜਾਣਨ। ਮੈਂ ਮਾਫ਼ੀ ਮੰਗਦੇ ਹੋਏ ਇੱਕ ਗੱਲ ਕਹਾਂਗਾ, ਮੈਂ ਨੈਗੇਟਿਵ ਨਹੀਂ ਬੋਲਦਾ, ਪਰ ਮੈਂ ਇੱਕ ਇਗਜ਼ਾਮਪਲ ਦਿੰਦਾ ਵਾਂ। 40 ਸਾਲ ਦਾ ਐਕਸਪੀਰੀਅੰਸ, ਜੇ 40 ਸਾਲ ਦਾ ਐਕਸਪੀਰੀਅੰਸ ਹੈ ਖੱਟਿਆ ਕੀ? ਜੇ ਉਹਨਾਂ 40 ਸਾਲ ਦੇ ਐਕਸਪੀਰੀਅੰਸ ਦੇ ਵਿੱਚੋਂ ਅਸੀਂ ਕੁਛ ਖੱਟਿਆ ਹੁੰਦਾ ਤਾਂ ਅੱਜ ਇਹ ਮੋਰਚਾ ਲਾਉਣ ਦੀ ਲੋੜ ਹੀ ਨਾ ਪੈਂਦੀ। ਜੇ 10ਵੀਂ ਕਲਾਸ 'ਚੋਂ, ਮੈਂ ਮਾਫ਼ੀ ਚਾਹੁੰਦੇ ਹੋਏ ਇਹ
एग्जाम्पल देन लग्या। जे 10वीं क्लास च कोई बंदा 10 वारी फेल होया होवे तां ओह नवी क्लास जिहड़ी आउंदी आ उहनां वास्ते सीनियर नहीं हो जांदा या उहनां वास्ते सियाणा नहीं हो जांदा। हाँ, उहनूं कॉलेज दी मैनेजमेंट बारे ज़्यादा पता होएगा कि पहला ये मैनेजर हुंदा सीगा, फिर उसके बाद ये प्रिंसीपल हुंदा सी, इहो जी जानकारी हो सकदा उहनूं ज़्यादा होवे, लेकिन पढ़ाई विच उसकी जानकारी नहीं हुंदी तां ओह 10वीं च नहीं बैठा हुंदा, 10 साल पहले ही पास हो गया हुंदा। 10वीं च अज जिहड़े 9वीं दे नवें पास हो के आए ना, वो ज़्यादा सियाणे ने, वो पास हो के निकल जाणगे, 11वीं च आ जाणगे, 10वीं वाले फिर 10वीं च रह जाणगे। लेकिन 10वीं वाले ये बोलते पए ने या ये दर्शांदे पए ने कि सानू ज़्यादा पता है। इस एग्जाम्पल नू नैगेटिव तरीके च ना लियो, पॉजिटिव तरीके च लियो, लेकिन है सच। वजना गिट्टिया च है सच, लगना बुरा है सच। मैं पहला क्या ही, अही नैगेटिव बोलना नहीं चाहते, लेकिन क्योंकि ध्यान हटता, हूं तो ध्यान हटिया ही होया, सच बोलना भी जरूरी हो जाता। यार मुंडे जेलां च आ गए, पिछे कोई नहीं आया, गुरुद्वारा कमेटी उन्होंने वास्ते लड़ती रही। अब मोर्चे वाले का फर्ज नहीं बनया, नवरीत दे मुंह ते गोली मार दिती गई, इकलौता बच्चा, नवा विआह होया उहदा, आस्ट्रेलिया दी जिंदगी छड़ के आ गया, और उसके फैमिली नूं सुनना की पिया होना कि वह जाने ते सरकार जाने ते वो जानना। नवरीत वर्गियां दे लई तां ही पैर दी धूल भी नहीं उहनां दे सदके वो जग्गी जिहड़ा जकारे ला गया सिर फटन दे बाद भी, उहदे सदके योदे होर आंदे रहणगे। दीप सिद्धू दे पुछण ते यार मैं क्यों अंदर, मेरे को जवाब नहीं सीगा। सच ये है कि वो साडे करके अंदर है, ये 40 साल दे एक्सपीरियंस जिहड़े सीगे ना, वो 40 साल दा एक्सपीरियंस ना रख के वो 10वीं च 10 बार फेल होया स्टूडेंट अगर ना हुंदा ना, वो 9वीं वाले स्टूडेंट ने डिसीजन लिता हुंदा ते लाल किले ते ही मोर्चा लग गया हुंदा, ते फिर मुंडिया ते परचे नहीं होने सीगे, फिर वो बिल उत्थे ही रद्द हो जाने सी, फिर नवरीत दे गोली नहीं सी बजनी, फिर 28 नू आ गुंडिया ने जिहड़ा अटैक किया सीगा 28 नू या 29 नू जदों भी किया सी सिंघू बॉर्डर ते, आ नहीं होना सी।